ਸਤਿ ਸ਼੍ਰੀ ਅਕਾਲ ਰੰਗਲਾ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੇਵ ਢਿੱਲੋਂ ਅਤੇ ਸ਼ੋਅ ਚੱਲ ਰਿਹਾ ਦਾ ਬੈਸਟ ਲਾਈਫ। ਦਾ ਬੈਸਟ ਲਾਈਫ ਮੀਨਿੰਗ ਦ ਐਵਰੀਥਿੰਗ ਬੈਸਟ ਇਨ ਅਵਰ ਲਾਈਫ। ਆਪਾਂ ਗੱਲ ਕਰਾਂਗੇ ਇਹਦੇ ਵਿੱਚ ਬਹੁਤ ਸਾਰੇ ਹੈਲਥ ਟੋਪਿਕ 'ਤੇ, ਬਹੁਤ ਸਾਰੀਆਂ ਹੈਬਿਟ 'ਤੇ, ਜਿਨ੍ਹਾਂ ਨੂੰ ਅਪਣਾ ਕੇ ਆਪਾਂ ਆਪਣੇ ਜੀਵਨ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਜਿਉਂ ਸਕਦੇ ਹਾਂ। ਦੋਸਤੋ, ਸਭ ਤੋਂ ਪਹਿਲਾਂ ਆਉਂਦਾ ਹੈ ਆਪਣਾ ਲਾਈਫ ਸਟਾਈਲ। ਲਾਈਫ ਸਟਾਈਲ ਦੇ ਵਿੱਚ ਆਪਾਂ ਮੋਸਟਲੀ ਕੀ ਦੇਖਦੇ ਹਾਂ ਕਿ ਆਪਣੇ ਖਾਣ ਪੀਣ ਦਾ ਢੰਗ, ਸੌਣ ਦਾ ਢੰਗ, ਆਪਣੀ ਸਰਾਊਂਡਿੰਗ ਨੂੰ ਆਪਾਂ ਕਿਸ ਤਰ੍ਹਾਂ ਮੇਨਟੇਨ ਕਰਦੇ ਹਾਂ, ਇਹਨਾਂ ਚੀਜ਼ਾਂ ਨੂੰ ਆਪਾਂ ਆਪਣੀ ਲਾਈਫ ਸਟਾਈਲ ਦੇ ਵਿੱਚ ਕਾਊਂਟ ਕਰਦੇ ਹਾਂ। ਡੀਅਰ ਫਰੈਂਡਸ, ਸਭ ਤੋਂ ਪਹਿਲਾ ਟੋਪਿਕ ਆਪਾਂ ਲਵਾਂਗੇ ਆਪਣੀ ਡੇਲੀ ਹੈਬਿਟਸ 'ਤੇ। ਅਗਰ ਆਪਾਂ ਆਪਣੀਆਂ ਡੇਲੀ ਹੈਬਿਟਸ ਨੂੰ ਬੈਟਰ ਕਰਦੇ ਹਾਂ ਤਾਂ ਆਪਾਂ ਆਪਣੀ ਪੂਰੀ ਲਾਈਫ ਮੈਨੇਜ ਕਰ ਸਕਦੇ ਹਾਂ, ਕਿਉਂਕਿ ਆਪਾਂ ਆਪਣਾ ਡੇ ਮੈਨੇਜ ਕੀਤਾ, ਆਪਾਂ ਆਪਣਾ ਮੰਥ ਮੈਨੇਜ ਕਰ ਲਿਆ, ਦੈਨ ਆਪਾਂ ਆਪਣੀ ਪੂਰੀ ਲਾਈਫ ਮੈਨੇਜ ਕਰ ਸਕਦੇ ਹਾਂ। ਮਾਈ ਡੀਅਰ ਫਰੈਂਡਸ, ਹੈਬਿਟਸ ਦੇ ਵਿੱਚ ਮੈਂ ਕਾਊਂਟ ਕਰਦਾ ਸਭ ਤੋਂ ਪਹਿਲੀ ਚੀਜ਼ ਸਲੀਪਿੰਗ ਹੈਬਿਟਸ। ਮੋਸਟਲੀ ਕੀ ਦੇਖਿਆ ਜਾਂਦਾ ਕਿ ਇੰਟਰਨੈਟ ਦੀ ਦੁਨੀਆ, ਮੀਡੀਆ, ਮੋਬਾਈਲਸ ਐਂਡ ਜਿਹੜੀ ਰੇਸ ਦੇ ਵਿੱਚ ਆਪਾਂ ਲੱਗੇ ਹੋਏ ਹਾਂ, ਜਿਹਨੂੰ ਆਪਾਂ ਮਾਡਰਨ ਲਾਈਫ ਕਹਿੰਦੇ ਹਾਂ, ਉਸ ਰੇਸ ਦੀ ਵਜ੍ਹਾ ਨਾਲ ਆਪਾਂ ਆਪਣਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਨੂੰ ਉਡਾ ਚੁੱਕੇ ਹਾਂ। ਰਾਤ ਨੂੰ ਲੇਟ ਤੱਕ ਆਪਾਂ ਮੋਬਾਈਲ ਚਲਾਉਂਦੇ ਹਾਂ, ਆਪਣੇ ਬਿਜ਼ਨਸ ਪਲੈਨਸ ਕਰਦੇ ਹਾਂ, ਅਗਲੇ ਦਿਨ ਲੇਟ ਉੱਠਦੇ ਹਾਂ, ਸਿਰ ਹੈਵੀ ਲੱਗਦਾ ਆਪਾਂ ਨੂੰ, ਪੂਰਾ ਦਿਨ ਆਪਣਾ ਬੇਕਾਰ ਜਾਂਦਾ। ਦੋਸਤੋ, ਸਭ ਕੁਝ ਕਰਨਾ ਜ਼ਰੂਰੀ ਹੈ, ਬਟ ਸਭ ਤੋਂ ਪਹਿਲੀ ਚੀਜ਼ ਜਿਹੜੀ ਕਿ ਜ਼ਰੂਰੀ ਹੈ ਉਹ ਹੈ ਆਪਣੀ ਸਲੀਪ। ਮਾਈ ਡੀਅਰ ਫਰੈਂਡਸ, ਜਿੰਨਾ ਜਲਦੀ ਤੁਸੀਂ ਸੌਂਗੇ ਉਨਾ ਜਲਦੀ ਉੱਠੋਗੇ ਮੋਰਨਿੰਗ, ਔਰ ਮੋਰਨਿੰਗ ਉੱਠ ਕੇ ਤੁਸੀਂ ਆਪਣੇ ਪੂਰੇ ਦਿਨ ਨੂੰ ਬੜੇ ਸੁਚੱਜੇ ਢੰਗ ਨਾਲ ਪਲੈਨ ਕਰ ਸਕਦੇ ਹੋ। ਫਰੈਂਡਸ, ਸਭ ਤੋਂ ਪਹਿਲੀ ਗੱਲ ਜਲਦੀ ਉੱਠਣਾ, ਉਸ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ, ਆਪਣੀ ਲਾਈਫ ਦੇ ਗੋਲਸ ਨੂੰ ਇਮੈਜਿਨ ਕਰਨਾ, ਥੋੜ੍ਹਾ ਮੈਡੀਟੇਸ਼ਨ ਕਰਨਾ, ਉਸ ਤੋਂ ਬਾਅਦ ਹੀ ਆਪਾਂ ਬੈੱਡ ਤੋਂ ਨੀਚੇ ਉਤਰਨਾ ਹੈ। ਤਾਂ ਆਪਾਂ ਗੱਲ ਕਰਦੇ ਹਾਂ ਆਪਣੀ ਸਲੀਪਿੰਗ ਹੈਬਿਟਸ ਬਾਰੇ। ਰਾਤ ਨੂੰ ਜਲਦੀ ਸੌਂ ਕੇ ਤੁਸੀਂ ਸਵੇਰੇ ਜਲਦੀ ਉੱਠਣਾ, ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ, ਦੈਨ ਆਪਣੇ ਗੋਲਸ ਇਮੈਜਿਨ ਕਰਨੇ ਹੈ, ਆਪਣੇ ਆਪ ਨਾਲ ਪ੍ਰੋਮਿਸ ਕਰਨੇ ਹੈ ਕਿ ਮੈਂ ਇਸ ਟਰੈਕ 'ਤੇ ਚੱਲਣਾ, ਇਹ ਮੇਰਾ ਗੋਲ ਹੈ ਔਰ ਇਸ ਤਰ੍ਹਾਂ ਮੈਂ ਇਸ ਨੂੰ ਅਚੀਵ ਕਰਨਾ। ਫਰੈਂਡਸ, ਅਰਲੀ ਮੋਰਨਿੰਗ ਦੀ ਜਿਹੜੀ ਪ੍ਰੇਅਰਸ ਹੁੰਦੀਆਂ, ਉਸ ਟਾਈਮ ਜੋ ਆਪਾਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹਨਾਂ ਨਾਲ ਪ੍ਰੋਮਿਸ ਕਰਦੇ ਹਾਂ, 100% ਹੋਣ ਦੇ 100% ਚਾਂਸ ਹੁੰਦੇ, ਕਿਉਂਕਿ ਆਪਣਾ ਮਾਇੰਡ ਬਿਲਕੁਲ ਫਰੀ ਹੁੰਦਾ ਉਸ ਟਾਈਮ, ਔਰ ਫਰੀ ਮਾਇੰਡ ਜੋ ਵੀ ਚੀਜ਼ ਉਸ ਪਰਮਪਿਤਾ ਪਰਮਾਤਮਾ ਨਾਲ ਸ਼ੇਅਰ ਕਰਦਾ, ਪਰਮਾਤਮਾ ਉਸੇ 'ਤੇ ਯੈਸ ਕਰਦਾ। ਬਹੁਤ ਵਾਰ ਆਪਾਂ ਦੇਖਦੇ ਹਾਂ ਕਿ ਹਾਂ ਯਾਰ, ਮੇਰਾ ਇਹ ਪਲੈਨ ਸੀ, ਮੈਂ ਲਾਈਫ ਦੇ ਵਿੱਚ ਇਹ ਸੋਚਿਆ ਸੀ, ਇਹ ਹੋਣਾ ਚਾਹੀਦਾ, ਔਰ ਉਹ ਹੋ ਵੀ ਜਾਂਦਾ। ਉਹ ਹੁੰਦਾ ਕਿਉਂ ਹੈ? ਕਿਉਂਕਿ ਆਪਾਂ ਆਪਣੇ ਐਮਪਟੀ ਮਾਇੰਡ ਨਾਲ ਔਰ ਪਿਓਰ ਹਾਰਟ ਨਾਲ ਉਸ ਪਰਮਪਿਤਾ ਪਰਮਾਤਮਾ ਨਾਲ ਉਹ ਪ੍ਰੋਮਿਸ ਕੀਤਾ ਹੁੰਦਾ। ਇਹੀ ਰੀਜ਼ਨ ਹੈ ਕਿ ਪ੍ਰੇਅਰਸ ਦਾ ਟਾਈਮ, ਉਸ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨ ਦਾ ਟਾਈਮ ਹਮੇਸ਼ਾ ਮੋਰਨਿੰਗ ਹੀ ਕਿਉਂ ਹੁੰਦਾ? ਕਿਉਂਕਿ ਰੈਸਟ ਤੋਂ ਬਾਅਦ ਆਪਣਾ ਮਾਇੰਡ ਡੀਟੌਕਸ ਹੋ ਚੁੱਕਿਆ ਹੁੰਦਾ, ਬਿਲਕੁਲ ਫਰੀ ਹੁੰਦਾ ਔਰ ਉਸ ਪਰਮਪਿਤਾ ਪਰਮਾਤਮਾ ਦੇ ਨੇੜੇ ਹੁੰਦਾ। ਜਿੰਨੇ ਆਪਾਂ ਝੰਝਟਾਂ ਤੋਂ ਦੂਰ ਰਹਿੰਦੇ ਹਾਂ, ਉਨਾ ਹੀ ਉਸ ਪਰਮਪਿਤਾ ਪਰਮਾਤਮਾ ਦੇ ਨੇੜੇ ਰਹਿੰਦੇ ਹਾਂ। ਸੋ ਉਸ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨ ਤੋਂ ਬਾਅਦ ਅਗਲਾ ਸਟੈਪ ਆਪਣੇ ਦਿਨ ਦਾ ਆਉਂਦਾ, ਆਪਣੀ ਹੈਲਥ 'ਤੇ ਧਿਆਨ ਦੇਣਾ, ਆਪਣੀ ਵਾਕ ਦਾ ਪਲੈਨ ਕਰਨਾ, ਐਕਸਰਸਾਈਜ਼ਿੰਗ ਦਾ ਪਲੈਨ ਕਰਨਾ। ਅਗਰ ਤੁਸੀਂ ਯੋਗਾ ਲਵਰ ਹੋ ਤਾਂ ਤੁਸੀਂ ਯੋਗਾ ਕਰ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਤੁਹਾਡੇ ਕੋਲ ਟਾਈਮ ਨਹੀਂ ਹੈ ਔਰ ਪਲੇਸ ਅਵੇਲੇਬਲ ਨਹੀਂ ਹੈ, ਤੁਸੀਂ ਨਹੀਂ ਜਾ ਸਕਦੇ, ਤੁਸੀਂ ਆਪਣੇ ਘਰ ਦੇ ਅੰਦਰ ਹੀ ਵਾਕ ਕਰ ਸਕਦੇ ਹੋ, ਜਾਂ ਆਪਣੇ ਘਰ ਤੋਂ ਬਾਹਰ 1-2 ਕਿਲੋਮੀਟਰ ਵਾਕ ਕਰੋ। ਜਸਟ ਸਟਾਰਟ ਯੋਰ ਡੇ, ਵਾਕ ਕਰੋ, ਆਪਣਾ ਮਨਪਸੰਦ ਮਿਊਜ਼ਿਕ ਸੁਣੋ। ਅੱਜ ਕੱਲ੍ਹ ਟੈਕਨੋਲੋਜੀ ਇੰਨੀ ਵਧੀਆ, ਬੜੇ ਸਾਰੇ ਆਪਣੇ ਕੋਲ ਇੰਸਟਰੂਮੈਂਟਸ ਹੈਗੇ ਆ, ਬੜੇ ਸਾਧਨ ਹੈ ਜਿਨ੍ਹਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਆਪਣੀ ਅੱਛੀ ਹੈਲਥ ਲਈ। ਆਪਣੇ ਮੋਬਾਈਲ ਹੈੱਡਫੋਨਸ ਯੂਜ਼ ਕਰੋ, ਗੋ ਫੋਰ ਏ ਵਾਕ, ਤੁਹਾਨੂੰ ਫਰੈਸ਼ ਏਅਰ ਮਿਲਣੀ ਹੈ, ਉਸ ਏਅਰ ਨੇ ਤੁਹਾਨੂੰ ਅੰਦਰੋਂ ਪਿਓਰ ਕਰਨਾ, ਤੁਹਾਡੀ ਕਾਰਡੀਅਕ ਸਿਸਟਮ ਨੂੰ, ਤੁਹਾਡੇ ਲੰਗਸ ਨੂੰ, ਐਂਡ ਯੂ ਫੀਲ ਵੈਰੀ ਐਕਟਿਵ। ਤੁਸੀਂ ਨੇਚਰ ਦੇ ਨਾਲ ਜੁੜਦੇ ਹੋ ਔਰ ਉਸ ਨੇਚਰ ਤੋਂ ਬੜਾ ਕੁਛ ਲੈ ਕੇ ਵਾਪਸ ਆਉਂਦੇ ਹੋ।
फ्रेंड्स, अगर तुसी बाहर नहीं भी जा सकते कोई गल नहीं, तुसी अपने घर की छत पर वॉक कर सकते हो, फ्रैश एयर तुहानू उत्थे भी मिलनी है। बट एटलीस्ट स्टार्ट योर डे विद ए वॉक, अगर तुसी जिम नहीं जा सकते या योगा क्लासेज विच नहीं जा सकते। वॉक करन तो बाद तुहानू इन्ना फ्रैश फील होगा, तुसी एक अपने आप दे विच एक नवापन अनुभव करोगे। उस तो बाद अखां बंद करके बैठो, थोड़े प्राणायाम्स करो। प्राणायाम्स बारे एंड मैडिटेशन टैक्नीक्स बारे आने वाले टाइम च असीं तुहानू विस्तार नाल जानकारी देवांगे। मैडिटेशन प्राणायाम करन तो बाद अपने घर दे विच अपने बजुर्गों नू मिलो, बच्चों नाल प्यार करो। अगर तुसी पैट रखते हो तो अपने पैट नू मिलो जाके। उस तो बाद तुहाडा दिन शुरू हुंदा। फिर आपां प्लान करते हैं अपने फूड बारे। फ्रेंड्स, मैं हमेशा रेकमेंड करदा कि फूड ऑर्गेनिक ही होना चाहिए। कदे भी सोहने सोहने विज्ञापन, सोहनी सोहनी पैकिंग्स देख के अपने लिए शॉपिंग ना करो। हमेशा देखो आपां नूं प्योरिटी कित्थों मिलनी है, आपां नूं ओरिजिनल चीज़ां कित्थों मिलनियां ने। आपां अपनी लाइफ दी प्रोग्रेस लई, अपने जीवन दे साधनां नूं वधाउण लई आपां इन्नी कोशिशां करदे हां, इन्नी जगह ते आपां ट्राई करदे हां, बट जिथे अपने खाने दा आउंदा या अपने हैल्थ बारे कुछ भी आउंदा पॉइंट, आपां उत्थे बड़ी काल कर जांदे हां। विज्ञापन देखिया, एडवर्टाइजमेंट देखी, उत्थों चीज़ लै ली या घर बैठे ने ऑर्डर कर लिया। फ्रेंड्स, लाइफ दा असली आनंद उदों ही है जदों अपनी हैल्थ अच्छी है। जीवन दे विच पैसा तुसी जिन्ना मर्जी कमा लो, अगर तुसी हैल्थ नहीं कमाई तो वह पैसा तुसी डॉक्टर्स लई कमा रहे हो। नोट फॉर योर सैल्फ। अपने बच्चों नू भी यही गाइड करो, हमेशा लाइफ स्टाइल नू बैटर बना के रखो, ईटिंग हैबिट्स नू बैटर बनाओ, ऑर्गैनिक फूड लैके आओ, अपने दिन की शुरुआत करो। अपनी किचन विच्चों तुसी लै सकदे हो अर्ली मॉर्निंग दा पहला ड्रिंक, किसी भी हर्ब नू बॉयल करो, जीरा बॉयल कर सकदे हो तुसी, अजवाइन बॉयल कर सकदे हो, लौंग नू बॉयल कर सकदे हो, जिंजर बॉयल कर सकदे हो। इहदे नाल की हुंदा, ये अपनी बॉडी नू डिटॉक्स करदा है और तुहानू रीफ्रैश करदा। आपां मोस्टली देखिया उठदे सार ही आपां चाह लै लैंदे आ या कॉफ़ी लैंदे आ। फ्रेंड्स, पहला ड्रिंक चाह या कॉफ़ी नहीं होना चाहिए, पहला ड्रिंक तुहाडा होना चाहिए डीटॉक्स ड्रिंक, जिहड़ा तुहानू क्लीन करेगा, तुहानू रीफ्रैश करेगा। अपना कोई भी फेवरेट ड्रिंक लैण तो बाद तुसी प्लान करना अपना खाना, अपना ब्रेकफास्ट, लंच, डिनर। उहदे विच इह देखना जरूरी है कि जिहड़ी चीज़ां अपने घर आई हैं, आपां यूज़ कर रहे हैं, उन्हां दा बैकग्राउंड की है, कित्थों आ रही हैं, फार्म्स किस तरह के है, कितने आप जल्दबाजी तो नहीं लैके आए। तो गल करते हैं मिल्क बारे, जिहड़ा कि मैक्सीमम यूज़ होंदा अपने घर दे विच। आपां एक दूजे के पिछे लग के ये नहीं देखते कि वह मिल्क का बेस की है, कित्थों आ रहा, जस्ट एडवरटाइजमेंट देखी और अपने लिए मिल्क की बुकिंग कर ली, या किसी के कहते हाँ जी उन्होंने घर आंदा हाँ जी साढ़े भी ठीक है यही लवा दो जी तुम, आप इदा करते हैं। बट होना की चाहिए, आपू उस मिल्क की प्योरिटी जरूर देखनी चाहिए है, अपने बच्चों की ग्रोथ, उन्होंने बोन्स, उन्हों का ब्रेन, अपनी खुद की हैल्थ, ये सब चीज़ों इफेक्ट करता है दुध। आप देख रहे हैं अज के टाइम हर एक वाइटमिन डी की डैफिशेंसी आ रही है या कैल्शियम की डैफिशेंसी आ रही है, यूरिक एसिड ज़्यादा आ रहा है, एसिडिटी हर एक है। इहदा रीज़न है जिहड़े मिल्क प्रोडक्ट्स, जिहड़ा मिल्क आप यूज़ कर रहे हैं वो टोटली कैमिकल बेस्ड है, बिल्कुल प्योर नहीं है। दोस्तों, आपां देखते हैं अपने बुजुर्ग 100 ईयर्स तक की एज लै जाते सी, बट उन्होंने कदे नी पेन या कदे वाइटमिन डी घटिया होया या कदे इदा दियाँ हैल्थ इशूज आप देखे नहीं उन्होंने। रीज़न की सी, सब तो ज़्यादा वो दुध
ਅਤੇ ਦੁੱਧ ਨਾਲ ਜੁੜੇ ਹੋਏ ਪ੍ਰੋਡਕਟਸ ਦੀ ਯੂਜ਼ ਕਰਦੇ ਸੀ। ਉਹਦੀ ਵਜ੍ਹਾ ਨਾਲ ਉਹਨਾਂ ਦੀ ਹੈਲਥ ਵਧੀਆ ਰਹਿੰਦੀ ਸੀ, ਦੇਸੀ ਘਿਓ ਇੰਨਾ ਪਿਓਰ ਹੁੰਦਾ ਸੀ। ਅੱਜ ਦੇ ਟਾਈਮ 'ਚ ਜਿਹੜੀ ਦੁੱਧ ਦੀ ਪੈਦਾਵਾਰ ਹੈ ਉਹ 11% ਤੋਂ ਲੈ ਕੇ 20% ਤੱਕ ਹੈ, ਔਰ ਉਸਦਾ ਜੋ ਯੂਜ਼ ਹੋ ਰਿਹਾ ਉਹ ਹੋ ਰਿਹਾ 60 ਤੋਂ ਲੈ ਕੇ 70% ਤੱਕ। ਕੀ ਤੁਹਾਨੂੰ ਪਤਾ ਇਹ ਇੰਨਾ ਦੁੱਧ ਕਿੱਥੋਂ ਆ ਰਿਹਾ? ਇਟਸ ਆਲ ਕੈਮੀਕਲਸ। ਸੋ ਪਲੀਜ਼ ਇਸ ਚੀਜ਼ ਵੱਲ ਧਿਆਨ ਦਿਓ, ਮਿਲਕ ਐਂਡ ਮਿਲਕ ਪ੍ਰੋਡਕਟਸ ਔਰਗੈਨਿਕ ਹੀ ਯੂਜ਼ ਕਰੋ। ਉਸ ਲਈ ਸਰਚ ਕਰੋ, ਇੱਦਾਂ ਵੀ ਹੋ ਸਕਦਾ ਕੁਛ ਫੈਮਲੀਜ਼ ਮਿਲ ਕੇ ਦੇਸੀ ਗਾਏ ਜਾਂ ਆਪਣੇ ਪਸ਼ੂ ਰੱਖ ਸਕਦੇ ਇੱਕ ਜਗ੍ਹਾ 'ਤੇ, ਜਿਨ੍ਹਾਂ ਦਾ ਦੁੱਧ ਉਹ ਯੂਜ਼ ਕਰ ਸਕਦੇ ਆ। ਆਪਣੇ ਬੱਚਿਆਂ ਨੂੰ ਬਹੁਤ ਸਾਰਾ ਪੈਸਾ ਸੁੱਖ ਸਾਧਨ ਦੇਣ ਦੇ ਨਾਲ ਨਾਲ ਉਹਨਾਂ ਨੂੰ ਹੈਲਥ ਦਿਓਗੇ, ਤਾਂ ਹੀ ਉਹ ਸਾਧਨ ਉਹਨਾਂ ਦੇ ਕੰਮ ਆਉਣੇ ਆ, ਤਾਂ ਹੀ ਤੁਸੀਂ ਆਪਣੀ ਹੈਲਥ ਦਾ ਧਿਆਨ ਰੱਖ ਸਕੋਗੇ ਜੇ ਤੁਹਾਡੀ ਡਾਈਟ ਦੇ ਵਿੱਚ ਪਿਓਰਿਟੀ ਹੈ। ਡੀਅਰ ਫਰੈਂਡਸ, ਨੈਕਸਟ ਆਪਾਂ ਗੱਲ ਕਰਦੇ ਹਾਂ ਫਰੂਟਸ ਐਂਡ ਵੈਜੀਟੇਬਲ ਬਾਰੇ। ਇਟਸ ਆਲਸੋ 90% ਕੈਮੀਕਲ ਬੇਸਡ ਪ੍ਰੋਡਕਟਸ। ਐਪਲ ਦਾ ਇੰਨਾ ਸੋਹਣਾ ਰੰਗ ਉਹਦੇ ਵਿੱਚ ਫੇਸ ਦੇਖ ਸਕਦੇ ਹੋ ਤੁਸੀਂ ਆਪਣਾ। ਰੀਜ਼ਨ, ਇਟਸ ਆਲ ਬਿਕੋਜ਼ ਆਫ ਕੈਮੀਕਲ। ਸਬਜ਼ੀਆਂ ਤੁਸੀਂ ਲੈ ਕੇ ਆਉਂਦੇ ਹੋ, ਕੋਈ ਵੀ ਸਬਜ਼ੀ ਦੇਖੋ ਇੰਨੀ ਸ਼ਾਈਨ ਕਰਦੀ ਹੈ, ਔਰ ਉਹਨੂੰ ਤੁਸੀਂ ਇੱਕ ਹਫ਼ਤਾ ਫਰਿੱਜ ਦੇ ਵਿੱਚ ਰੱਖ ਦਿਉ, ਉਹਨੇ ਉੱਦਾਂ ਹੀ ਪਿਆ ਰਹਿਣਾ, ਬਿਕੋਜ਼ ਉਹਦੇ ਵਿੱਚ ਕੈਮੀਕਲ ਹੈ, ਉਹਨੂੰ ਕੈਮੀਕਲ ਨਾਲ ਹੀ ਪੋਲਿਸ਼ ਕੀਤਾ ਗਿਆ। ਪਲੀਜ਼ ਗੋ ਵਿਦ ਔਰਗੈਨਿਕ। ਤੁਸੀਂ ਇਸ ਬਾਰੇ ਜ਼ਰੂਰ ਸੋਚਣਾ ਪਹਿਲਾਂ ਕਿ ਇਹ ਜਿਹੜੀਆਂ ਸਬਜ਼ੀਆਂ ਆ ਰਹੀਆਂ ਇਹ ਕਿੱਥੋਂ ਅਸੀਂ ਲੈ ਕੇ ਆ ਰਹੇ ਹਾਂ, ਇਹਨਾਂ ਦਾ ਬੈਕਗ੍ਰਾਊਂਡ ਕੀ ਹੈ, ਸਾਨੂੰ ਔਰਗੈਨਿਕ ਫੂਡ ਕਿੱਥੋਂ ਅਵੇਲੇਬਲ ਹੋ ਸਕਦਾ, ਅਸੀਂ ਔਰਗੈਨਿਕ ਸਬਜ਼ੀਆਂ ਕਿੱਥੋਂ ਲੈ ਸਕਦੇ ਹਾਂ। ਇਹਦੇ ਲਈ ਸਰਚ ਕਰਨ ਤੋਂ ਬਾਅਦ ਹੀ ਉਹ ਚੀਜ਼ਾਂ ਯੂਜ਼ ਕਰੋ। ਜਲਦਬਾਜ਼ੀ ਦੇ ਵਿੱਚ ਲਏ ਹੋਏ ਡਿਸੀਜ਼ਨ, ਜਲਦਬਾਜ਼ੀ ਦੇ ਵਿੱਚ ਖਰੀਦੀਆਂ ਹੋਈਆਂ ਚੀਜ਼ਾਂ ਹਮੇਸ਼ਾ ਨੁਕਸਾਨ ਹੀ ਦੇ ਕੇ ਜਾਂਦੀਆਂ। ਸੋ ਦੋਸਤੋ, ਜਿੰਨਾ ਵੀ ਤੁਸੀਂ ਪੇਸ਼ੈਂਸ ਦੇ ਨਾਲ ਚੱਲੋਗੇ ਆਪਣੀ ਲਾਈਫ ਦੇ ਵਿੱਚ, ਔਰ ਪੇਸ਼ੈਂਸ ਕੀਪਸ ਯੂ ਆਲਵੇਜ਼ ਹਾਈ ਐਂਡ ਆਲਵੇਜ਼ ਔਨ ਪ੍ਰੋਗਰੈਸ। ਫਰੈਂਡਸ, ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਆਪਣੀ ਲਾਈਫ ਨੂੰ ਪੀਸਫੁਲ ਕਿੱਦਾਂ ਰੱਖ ਸਕਦੇ ਹਾਂ, ਆਪਾਂ ਹਰ ਟਾਈਮ ਖੁਸ਼ ਕਿੱਦਾਂ ਰਹਿ ਸਕਦੇ ਹਾਂ। ਦੇਖਿਆ ਹੋਣਾ ਬਹੁਤ ਸਾਰੇ ਲੋਕ ਲਾਈਫ ਦੀ ਹਰ ਇੱਕ ਕੰਡੀਸ਼ਨ ਦੇ ਵਿੱਚ ਸਟੇਬਲ ਰਹਿੰਦੇ ਆ, ਬਹੁਤ ਸਾਰੀ ਖੁਸ਼ੀ ਹੈ ਤਾਂ ਵੀ ਉਹ ਖੁਸ਼ ਹੈ, ਜੇ ਕੁਛ ਮਿਸਹੈਪਨ ਹੋ ਗਿਆ ਤੁਸੀਂ ਕਦੇ ਉਹਨਾਂ ਨੂੰ ਡਿਸਬੈਲੈਂਸ ਹੋਏ ਨਹੀਂ ਦੇਖੋਗੇ, ਦੇ ਆਲਵੇਜ਼ ਸਟੇ ਕਾਮ। ਰੀਜ਼ਨ, ਉਹਨਾਂ ਨੇ ਅੰਦਰ ਆਪਣੇ ਇੰਨੀ ਸਟੈਬਿਲਿਟੀ ਲੈ ਕੇ ਆਉਂਦੀ ਹੋਈ ਹੈ ਕਿ ਉਹਨਾਂ ਨੂੰ ਕੋਈ ਦੁਨੀਆ ਦੀ ਕੋਈ ਤਾਕਤ ਹਿਲਾ ਹੀ ਨਹੀਂ ਸਕਦੀ। ਬੜੇ ਛੋਟੇ ਛੋਟੇ ਟਿਪਸ ਹੈ ਜਿਨ੍ਹਾਂ ਨੂੰ ਤੁਸੀਂ ਵੀ ਅਪਣਾ ਸਕਦੇ ਹੋ ਔਰ ਆਪਣੀ ਲਾਈਫ ਨੂੰ ਬੜਾ ਅੱਛਾ ਇੰਜੋਏ ਕਰ ਸਕਦੇ ਹੋ। ਉਸ ਪਰਮਪਿਤਾ ਪਰਮਾਤਮਾ ਨੇ ਜੇ ਆਪਾਂ ਨੂੰ ਸਾਧਨ ਸੰਪੰਨ ਬਣਾਇਆ, ਬੜਾ ਸਾਰਾ ਪੈਸਾ, ਰਹਿਣ ਨੂੰ ਬੜਾ ਸੋਹਣਾ ਘਰ, ਲੋਟ ਆਫ ਪ੍ਰੋਪਰਟੀਜ਼, ਇਹਦਾ ਰੀਜ਼ਨ ਹੈ ਆਪਾਂ ਖੁਦ ਕਦੇ ਪ੍ਰੋਪਰਟੀਜ਼ ਨਹੀਂ ਲੈ ਕੇ ਆ ਸਕਦੇ। ਉਹ ਪਰਮਪਿਤਾ ਪਰਮਾਤਮਾ ਕਿਉਂ ਦਿੰਦਾ ਆਪਾਂ ਨੂੰ? ਉਸ ਪਰਮਪਿਤਾ ਪਰਮਾਤਮਾ ਦਾ ਇੱਕ ਏਮ ਹੁੰਦਾ ਕਿ ਤੁਸੀਂ ਇਹਨਾਂ ਸਾਧਨਾਂ ਦੇ ਨਾਲ ਦੂਸਰਿਆਂ ਦੀ ਸਹਾਇਤਾ ਕਰੋਗੇ, ਦੂਸਰਿਆਂ ਦੇ ਕੰਮ ਆਓਗੇ, ਉਹਨਾਂ ਦੀ ਲਾਈਫ ਨੂੰ ਖੁਸ਼ੀਆਂ ਨਾਲ ਭਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੋਗੇ। ਮਾਈ ਡੀਅਰ, ਲਾਈਫ ਦੇ ਵਿੱਚ ਪ੍ਰੋਗਰੈਸ ਜਿੰਨੀ ਮਰਜ਼ੀ ਕਰ ਲਓ, ਜੇ ਤੁਸੀਂ ਉਹਨਾਂ ਸਾਧਨਾਂ ਦੇ ਨਾਲ ਦੂਸਰਿਆਂ ਦੇ ਕੰਮ ਨਹੀਂ ਆਉਂਦੇ, ਗਰੀਬਾਂ ਦੀ ਹੈਲਪ ਨਹੀਂ ਕਰਦੇ, ਡਿਸੇਬਲ ਪੀਪਲ ਦੀ ਹੈਲਪ ਨਹੀਂ ਕਰਦੇ, ਐਨੀਮਲਸ ਲਈ ਔਰ ਨੇਚਰ ਲਈ ਕੁਛ ਨਹੀਂ ਕਰਦੇ, ਤਾਂ ਉਸ ਪਰਮਪਿਤਾ ਪਰਮਾਤਮਾ ਦਾ ਤੁਹਾਨੂੰ ਸਾਧਨ ਸੰਪੰਨ ਬਣਾਉਣ ਦਾ ਏਮ ਫੇਲ ਹੋ ਜਾਂਦਾ। ਡੀਅਰ, ਕਦੇ ਵੀ ਆਪਣੇ ਉਸ ਸਾਧਨ ਸੰਪੰਨ ਹੋਣ ਦਾ ਗਰੂਰ ਨਹੀਂ ਕਰਨਾ। ਦੇਰ ਆਰ ਸਮ ਪੁਆਇੰਟਸ ਫੋਰ ਏ
स्टेबल लाइफ। सब तो वड्डी चीज़ उस परमपिता परमात्मा ने आपां नूं दित्ती है जिहदे नाल कि आपां इंटरैक्ट करते हैं हरेक नाल अपना, जिहदे नाल कि बंदे आपां नूं याद रखदे, जो भी मिलदा वो याद रखता है, वो हैगी अपनी समाइल। समाइल शुड बी ऑलवेज बाई हार्ट। जिन्ना तुसीं खुल के मुस्कुराउंदे हो उन्ना ही सामने वाले नूं तुहाडा एक पॉजिटिव मैसेज आंदा। फेक समाइल एंड डीप समाइल दोनों का इंपैक्ट होंदा। जे तुसीं दिलों समाइल करदे हो उस चीज़ का भी उन्होंने मैसेज आना, जे तुसीं फेक समाइल कर रहे हो उसका भी मैसेज आएगा। क्योंकि जो तुसीं दिलों समाइल करदे हो ना उस परमपिता परमात्मा की वो दिती हुई वाइब्रेशनस वो तुहाडा ऑरा जिहड़ा उन्होंने ऑरे नाल अटैच करता जाके, उहदे नाल की हुंदा अगले नूं लगता यार हाँ दिस इज परसन फॉर मी। सो जदों भी जाओ खुशियां वंडो, जिसनों भी मिलदे हो उस परमपिता परमात्मा का एक अंश मन के मिलो। समाइल ऑलवेज, उहदे नाल की होगा तुहानूं जे किसी नाल किसी तरह की कोई मिसअंडरस्टैंडिंग भी है ना, उस समाइल ने 50% उसनूं गायब कर देना, उहनूं सॉल्व कर देना। नैक्सट पॉइंट मैं लेके आना दूजियां की हैल्प करन दा। कदे भी किसी की हैल्प करन दा मौका खाली ना जान दो, चाहे तो तुसी किसी की 5% करो या 10% हैल्प, वो उसकी लाइफ का एक बहुत बड़ा स्टैप होंदा। हैल्प करते वक्त ये जरूर ध्यान रखना चाहिए कि साड़ी कीती हैल्प, कीती हुई हैल्प कितने गलत वेज तो नहीं जा रही, उसका वो बंदा गलत यूज तो नहीं कर रहा। आप देखते हैं जिमें बैगर्स है अजकल, ये उन्होंने बिजनेस है। हैल्प कर ली तो अनु ये देखना पवेगा कि वह बंदा कितना लोड़वंद है। आप बैगर्स नू हैल्प करते हैं, उन्होंने आप पे कर दें, बट उन्होंने पूरी फैमिली उस काम पर लाई होंगी है। सो हैल्प, बट उस चीज़ नू पहला जानना जरूरी है कि हैल्प किस दी कर रहे हो और वो कितने जा रही है। नैक्सट स्टैप ते मैं आना एनीमल लवर होना उस परमपिता परमात्मा दे नाल जुड़न दा एक बहुत बड़ा साधन है, क्योंकि एनीमल्स इंसान ते ही डिपेंड ने। जो जंगलों दे विच रहिंदे आ उन्हां नूं भी इंसान ने दुख देने शुरू कर दिते ने। जंगल छोटे होंदे जा रहे हैं, आपां अपने साधनां लई उन्हां दे घरां नूं उजाड़ना शुरू कर दिता है। आपां यह नहीं कर सकते कि आपां एक दिन च इन्हां चीज़ां नूं रोक सकते हैं, बट आपां इन्ना कर सकते हैं कि आपां उन्हां जानवरां नूं प्यार करिए, उन्हां दी केयर करिए। किते भी तुसीं देखदे हो स्ट्रीट डॉग्स ने, उन्हां दी केयर करो, उन्हां नूं खाना पीना देना और उन्हां लई सही जगह जिथे कि वह रह सकन जाके उत्थे उन्हां नूं पहुँचाउणा बहुत जरूरी हुंदा। स्ट्रीट डॉग्स जदों स्ट्रीट्स दे विच ही रहिंदे आ वो लोगों की समस्या का कारण बन जाते हैं। आपां उन्हां दी खुराक का ध्यान रख लिया, उन्हां नूं खाना पीना देता, बट किसी लई वो परेशानी भी बन सकते हैं। इसलिए कोशिश करो स्ट्रीट डॉग्स नूं फूड देने दे नाल नाल उन्हां लई एक प्लेस का अरेंज जरूर होना चाहिए। नैक्सट आपां देखते हैं इस पूरा संसार अपनी भुख नूं मिटाउण लई छोटे छोटे जानवरों का कतल करता है। बीइंग ए मैडीटेटिव परसन, एक पीसफुल सोल बनने लई तुहानूं प्योर वेजीटेरियन होना ही पैना है। अगर तुसी अपने खाने दे विच किसी की जान लैके बैठे हो और उस परमपिता परमात्मा नूं याद कर रहे हो, तुहाडी आवाज़ उस परमपिता परमात्मा तक कदे नहीं पहुँच सकती, क्योंकि तुहाडी आवाज़ उस खाने दे नीचे ही दब चुकी है। सो माई डियर, बी प्योर वेजीटेरियन, बी प्योर सोल एंड बी ए प्योर परसन, ताकि तुसी उस परमपिता परमात्मा दे सामने खड़े हो सकते हो जाके कि हाँ जी मैं तुहाडी बनाई हुई कायनात दा कुछ भी नुकसान नहीं किया, तुहाडे दित्ते हुए सारे कर्मों नूं पूरा करके आया हाँ। सो दोस्तों गल्लां ने बहुत सारियाँ, इट्स ऑल माई लाइफ एक्सपीरियंस, इट्स ऑल माई क्लाइंट्स एक्सपीरियंस। साडा जिहड़ा क्लाइंटेज है, जिन्ने भी साडे नाल बच्चे जुड़े हुए हैं,
ਜਾਂ ਵੱਡੇ ਹੈ ਉਹਨਾਂ ਦੇ ਐਕਸਪੀਰੀਅੰਸ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਹਮੇਸ਼ਾ ਅਸੀਂ ਤੁਹਾਡੇ ਨਾਲ ਬਣੇ ਰਹਿਣਾ ਤੁਸੀਂ ਆਪਣੇ ਕਿਸੇ ਤਰ੍ਹਾਂ ਦੀਆਂ ਵੀ ਹੈਲਥ ਇਸ਼ੂਜ਼ ਨੂੰ ਡਿਸਕਸ ਕਰ ਸਕਦੇ ਹੋ ਆਪਣੀ ਲਾਈਫ ਸਟਾਈਲ ਨਾਲ ਜੁੜੇ ਹੋਏ ਜਿੰਨੇ ਵੀ ਹੈਲਥ ਇਸ਼ੂ ਹੈ ਉਹਨਾਂ ਨੂੰ ਡਿਸਕਸ ਕਰ ਸਕਦੇ ਹੋ ਤਾਂ ਹੀ ਅਸੀਂ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਹੈ ਦ ਬੈਸਟ ਲਾਈਫ ਮਿਲਦੇ ਰਹਾਂਗੇ ਤੁਹਾਨੂੰ ਅੱਗੇ ਵੀ ਬੜੀਆਂ ਸਾਰੀਆਂ ਹੋਰ ਗੱਲਾਂ ਨਾਲ ਬੜੇ ਸਾਰੇ ਟੌਪਿਕਸ 'ਤੇ ਡਿਟੇਲਸ ਦੇ ਵਿੱਚ ਤੁਹਾਡੀ ਕੁਐਰੀਜ਼ ਦੇ ਅਕੋਰਡਿੰਗ ਤੁਹਾਡੇ ਸਵਾਲਾਂ ਦੇ ਅਕੋਰਡਿੰਗ ਬਣੇ ਰਹੋ ਰੰਗਲਾ ਟੀਵੀ ਦੇ ਨਾਲ ਦੇਖਦੇ ਰਹੋ ਦ ਬੈਸਟ ਲਾਈਫ ਵਿਦ ਦੇਵ ਢਿੱਲੋਂ ਸਤਿ ਸ਼੍ਰੀ ਅਕਾਲ